ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੰਬਰ 1 ਔਰ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ 3D ਮੰਤਰ ਅਪਣਾਉਣਾ ਪਵੇਗਾ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਪ੍ਰਧਾਨਗੀ ਦੀ ਕਮਾਨ ਸਾਂਭ ਲਈ ਹੈ ਉਹਨਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸੂਬਾਈ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਣ ਵਾਲੇ ਇੱਕ ਸਾਦੇ ਸਮਾਗਮ ਦੌਰਾਨ ਅਹੁਦਾ ਸੰਭਾਲਿਆ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਹੁਦਾ ਸੰਭਾਲਿਆ ਹੈ ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਾਜ਼ਰ ਸਨ ਦੋਵੇਂ ਨਵੇਂ ਨਿਯੁਕਤ ਕੀਤੇ ਗਏ ਮੈਂਬਰ ਪਾਰਟੀ ਦੇ ਸੂਬਾਈ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਅਹੁਦਾ ਸੰਭਾਲਿਆ ਹੈ ਤਾਜਪੋਸ਼ੀ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਸੀਨੀਅਰ ਆਗੂਆਂ ਦਾ ਕਾਂਗਰਸ 'ਚ ਵੱਡਾ ਯੋਗਦਾਨ ਹੈ ਅਤੇ ਉਹ ਸਾਨੂੰ ਸੇਧ ਦੇਣਗੇ ਰਾਜਾ ਵੜਿੰਗ ਨੇ ਅਨੁਸ਼ਾਸਨ 'ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਹੈ ਉਹਨਾਂ ਨੇ ਕਿਹਾ ਕਿ ਕਾਰਜਾਂ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ 3D ਡਿਸਿਪਲਿਨ ਡੈਡੀਕੇਸ਼ਨ ਅਤੇ ਡਾਇਲੋਗ ਅਪਣਾਉਣੇ ਪੈਣਗੇ ਮਨਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚੱਲਦੀ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਜੇ ਅਨੁਸ਼ਾਸਨ ਨਹੀਂ ਤਾਂ ਕੁਝ ਨਹੀਂ ਕਰ ਸਕਦੇ ਇਸ ਮੌਕੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਹਾਈਕਮਾਨ 'ਤੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਵਿਅਕਤੀਗਤ ਬ੍ਰਾਂਡਿੰਗ ਨਾ ਹੋਵੇ ਸਿਰਫ ਕਾਂਗਰਸ ਦਾ ਝੰਡਾ ਬੁਲੰਦ ਹੋਵੇ ਉਹਨਾਂ ਨੇ ਇਹ ਵੀ ਕਿਹਾ ਕਿ ਲੀਡਰਸ਼ਿਪ ਵਰਕਰ ਕੋਲ ਪਹੁੰਚੇ ਅਜਿਹੀ ਕਾਂਗਰਸ ਦੀ ਜ਼ਰੂਰਤ ਹੈ ਪਰ ਪ੍ਰੋਗਰਾਮ 'ਚ ਵਰਕਰਾਂ ਦੀ ਰਾਏ ਸ਼ਾਮਿਲ ਹੋਵੇਗੀ ਉਹਨਾਂ ਨੇ ਕਿਹਾ ਕਾਂਗਰਸ ਨੂੰ ਫਿਰ ਤੋਂ ਉਚਾਈਆਂ 'ਤੇ ਲੈ ਕੇ ਜਾਵਾਂਗੇ ਇਸ ਦੇ ਨਾਲ ਹੀ ਸੀਨੀਅਰ ਆਗੂਆਂ ਦੇ ਸਾਥ ਦੀ ਵੀ ਜ਼ਰੂਰਤ ਹੈ ਪ੍ਰਧਾਨ ਸੰਸਥਾ ਸਰੂਪ ਇਸ ਕਰਕੇ ਇਹ ਕੋਈ ਵਿਅਕਤੀ ਵਿਸ਼ੇਸ਼ ਦੀ ਇੱਜ਼ਤ ਨਹੀਂ ਇੱਕ ਸੰਸਥਾ ਦੀ ਇੱਜ਼ਤ ਲੋਕ ਆਉਣੇ ਹੈ ਪ੍ਰਧਾਨ ਬਣਨੇ ਹੈ ਜਾਣੇ ਹੈ ਲੇਕਿਨ ਇਹ ਸੰਸਥਾ ਹਮੇਸ਼ਾ ਰਹਿਣੀ ਹੈ ਇਸ ਕਰਕੇ ਇਹ ਸੰਸਥਾ ਸਰਵਉੱਚ ਹੈ ਔਰ ਇਹਨੂੰ ਇਹਦਾ ਬਣਦਾ ਆਦਰ ਮਾਨ ਸਨਮਾਨ ਹਮੇਸ਼ਾ ਮਿਲੇਗਾ ਉਮਰ ਦਾ ਕੋਈ ਤਕਾਜ਼ਾ ਨਹੀਂ ਇੱਕ ਪਦਵੀ ਹੈ ਜਿਹਦੀ ਇੱਜ਼ਤ ਹੈ ਔਰ ਸਭ ਨੂੰ ਉਸ ਕੁਰਸੀ ਦੇ ਥੱਲੇ ਰਹਿ ਕੇ ਕੰਮ ਕਰਨਾ ਪਊਗਾ ਲੇਕਿਨ ਵਿਅਕਤੀਗਤ ਤੌਰ ਦੇ ਉੱਤੇ ਮੇਰਾ ਇਹ ਵਿਚਾਰ ਹੈ ਕਿ ਕਾਂਗਰਸ ਨੂੰ ਰੀਇਨਵੈਂਟ ਕਰਨਾ ਪਊਗਾ ਰਾਜੇ ਦੀ ਜਿਹੜੀ ਸਰਪ੍ਰਸਤੀ ਹੈ ਇੱਕ ਯੁਵਾ ਊਰਜਾ ਦਾ ਪ੍ਰਤੀਕ ਹੈ ਲੇਕਿਨ ਇਹ ਇੱਕ ਸਮੇਲ ਦੂਸਰੇ ਦੀ ਇੱਜ਼ਤ ਦੂਸਰੇ ਦੀ ਸਫਲਤਾ ਦੇ ਵਿੱਚ ਆਪਣਾ ਹਿੱਸਾ ਪਾਉਣਾ ਦੁੱਖ ਤਾਂ ਬਹੁਤ ਸ਼ਰੀਕ ਹੋ ਜਾਂਦੇ ਆ ਲੇਕਿਨ ਖੁਸ਼ੀ 'ਚ ਸ਼ਰੀਕ ਹੋਣਾ ਬਹੁਤ ਜ਼ਰੂਰੀ ਹੈ ਉਸ ਖੁਸ਼ੀ ਨੂੰ ਆਪਣੀ ਖੁਸ਼ੀ ਮੰਨਣਾ ਇਹ ਵੀ ਬਹੁਤ ਜ਼ਰੂਰੀ ਹੈ ਸਭ ਤੋਂ ਜਿਹੜੀ ਅਹਿਮ ਗੱਲ ਮੈਂ ਅੱਜ ਕਰਨਾ ਚਾਹੁੰਦਾ ਜਦੋਂ ਮੈਂ ਕਹਿੰਦਾ ਕਿ ਕਾਂਗਰਸ ਨੂੰ ਨਵੀਨੀਕਰਨ ਕਰਨਾ ਪੈਣਾ ਕਾਂਗਰਸ ਅਗਰ ਐਨਾਲਾਈਜ਼ ਕਰੂਗੀ ਔਰ ਮੈਂ ਪਹਿਲਾਂ ਬਿਲਕੁਲ ਨਹੀਂ ਬੋਲਿਆ ਹਰ ਬੰਦੇ ਨੂੰ ਅਧਿਕਾਰ ਹੈ ਬੋਲਣ ਦਾ ਲੇਕਿਨ ਅੱਜ ਮੈਂ ਡੰਕੇ ਦੀ ਝੋਲ 'ਤੇ ਕਹਿੰਦਾ ਕਾਂਗਰਸ ਹਾਰੀ ਅਤੇ 5 ਸਾਲ ਦੇ ਮਾਫੀਆ ਰਾਜ ਕਰਕੇ ਉਸ ਮਾਫੀਏ ਦੇ ਖਿਲਾਫ ਮੈਂ ਲੜਦਾ ਰਿਹਾ ਉਹ ਮਾਫੀਏ ਦੇ ਖਿਲਾਫ ਲੜਾਈ ਕਿਸੇ ਨਿੱਜੀ ਬੰਦੇ ਨਾਲ ਨਹੀਂ ਸੀ ਉਹ ਇੱਕ ਸਿਸਟਮ ਸੀ ਉਹ ਚੰਦ ਬੰਦਿਆਂ ਦੀ ਤਜਾਰਤ ਸੀ ਚੰਦ ਬੰਦਿਆਂ ਦਾ ਧੰਦਾ ਸੀ ਜਿਹੜਾ ਸਟੇਟ ਨੂੰ ਦੀਮਕ ਵਾਂਗ ਖਾ ਰਿਹਾ ਸੀ ਉਹਦੇ 'ਚ ਚੀਫ ਮਿਨਿਸਟਰ ਇਨਵੋਲਵ ਸੀ ਜਿੱਤ ਗਏ ਚਲੇ ਗਏ ਗੁੰਮ ਗਏ ਸਮਝ ਨਹੀਂ ਜਦ ਤੱਕ ਰਾਜਨੀਤੀ ਵਪਾਰੀ ਬਣ ਕੇ ਰਹੇਗੀ ਉਹਦੀ ਇੱਜ਼ਤ ਨਹੀਂ ਹੋਏਗੀ ਕਿਉਂਕਿ ਅਗਰ ਤੁਸੀਂ ਰਾਜਨੀਤੀ ਦਾ ਧੰਦਾ ਬਣਾ ਕੇ ਅੱਜ ਪੰਜਾਬ ਦੇ ਵਿੱਚ ਖੜ੍ਹੇ ਹੋ ਜਾਓਗੇ ਅਤੇ ਜਿਹੜਾ ਸਟੇਟ ਦਾ ਐਕਸਚੈਕਰ ਹੈ ਉਹਨੂੰ ਨਿੱਜੀ ਜੇਬਾਂ 'ਚ ਪਾਉਣ ਲੱਗ ਜਾਓਗੇ ਤਾਂ ਜਾਂ ਪੰਜਾਬ ਰਹੇਗਾ ਜਾਂ ਮਾਫੀ ਅੱਜ ਵੀ ਉਸੇ ਪੰਜਾਬ ਦੇ ਅਸਤਿਤਵ ਦੀ ਲੜਾਈ ਹੈ ਕਿਸੇ ਪਦ ਦੀ ਨਹੀਂ ਇਹਨੂੰ ਸਾਰੇ ਲੋਕ ਸਮਝ ਗਏ ਸਮਝਦੇ ਹੋ ਜਿੱਦਣ ਇਹ ਮਾਫੀਆ ਮੁੱਕਿਆ ਪੰਜਾਬ ਜਿੱਦਣ ਮਾਫੀਆ ਮੁਕਤ ਹੋਇਆ ਉਹ ਦਿਨ ਪੰਜਾਬ ਉੱਠ ਖੜੇ ਔਰ ਜਦ ਤੱਕ ਇਸ ਮਾਫੀਏ ਦੇ ਨਾਲ ਲਿਪਤ ਲੋਕ ਔਰ ਬੜਾ ਡੂੰਘਾ ਹੈ ਜਿਵੇਂ ਬੋੜ ਦਾ ਪੇੜ ਹੁੰਦਾ ਨਾ ਉਹਦੀਆਂ ਜੜ੍ਹਾਂ ਹੁੰਦੀਆਂ ਨੇ ਨਿੱਕੀਆਂ ਅਤੇ ਉੱਪਰੋਂ ਮੁੱਛਾਂ ਵੀ ਪਾ ਕੇ ਥੱਲੇ ਆ ਜਾਂਦੀਆਂ ਨੇ ਇਹਨੂੰ ਪੱਟਣਾ ਔਖਾ ਹੁੰਦਾ ਲੇਕਿਨ ਜਿਹੜੇ ਸੂਬੇ ਨੂੰ ਜਾਣ ਤੋਂ ਵੱਧ ਪਿਆਰ ਕਰਨ ਵਾਲੇ ਨੇ ਇਸ਼ਕ ਕਰਨ ਵਾਲੇ ਨੇ ਉਹ ਲੜਦੇ ਰਹਿਣਗੇ ਬਗੈਰ ਕਿਸੇ ਨਫੇ ਨੁਕਸਾਨ ਦਾ ਸੋਚ ਰੱਖੇ ਸੋ ਇਹ ਜਿਹੜੀ ਅਹਿਮੀਅਤ ਵਾਲੀ ਗੱਲ ਸੀ ਅੱਜ ਜਿਹੜੀ ਸਰਕਾਰ ਆਈ ਵੀ ਹੈ ਉਹ ਇਸੇ ਬਦਲਾਵ ਕਰਕੇ ਹੈ ਪੌਣੇ 5 ਸਾਲ ਉਹੀ ਚਿਹਰੇ ਸੀ ਅਤੇ ਜਿਹੜੇ ਮੁੱਖ ਮੰਤਰੀ ਸੀ ਉਹ ਇਹ ਕਹਿੰਦੇ ਸੀਗੇ ਵੀ ਆਹ ਹੋ ਰਿਹਾ ਸੀਗਾ
मेरी गलती है मैं रोकया नहीं, क्यों रोकया नहीं, चलाउण वाले तुसीं। उदों बाद भी जिहड़े चेहरे आए किंतु परंतु जिन्होंने सत्ता माणी निजी स्वार्थ करके अगर ना माणी होंदी और सूबे दे लई पॉलिसियां नीतियां लियांदियां होण, उही इस सरकार ने, मैं भगवंत नूं छोटा भाई मानदा, अगर वह माफिया के खिलाफ लड़ाई लड़ेगा, क्योंकि सिस्टम बड़ा गहरा है, तुणके वजनगे, जे तो तुणके खांदा रहा फिर तो गल हो रहा है, जे आपदे निज ईमानदारी और ईमानदार है वह, मैं वह कदे उंगल नहीं कीती, अगर वह ये खिलाफ लड़ेगा मेरा सहयोग है पार्टियां तो उत्ते उठ के, क्योंकि लड़ाई पंजाब के अस्तित्व की है, पंजाब की एग्जिस्टेंस की है, और पंजाब की एग्जिस्टेंस इस चीज़ से डिपेंडेंट है, और वह रोडमैप जोड़ा है वह उ है, जोड़े लोग निजी शराब बेचते सी उन्होंने खोनी पैनी, क्योंकि वो इनकम पंजाब रेत जो सप्लाई रोक दूंगे अच्छ 12,000 की सप्लाई, वो एक पॉलिसी बनानी पैनी है, नीतियां के नाल ही पंजाब उत्ते आएगा, और नीतियां ईमानदारी नैतिकता मॉरल अथॉरिटी, जे तुसी ओपोजिशन च भी हो, मैं लास्ट गल कहन लगे, उस तो बाद सवाल मेरे ना करो ना, क्योंकि मैं जो गल कहनी मैं कह देना, और मैं कदे जिंदगी दे विच कोई डर नहीं, कोई भय नहीं, भय उसे नूं हुंदा जिहड़ा अंदरों घबराया हुंदा टीवी तो खबरां चीज़ों तो, जिहड़ी मॉरल अथॉरिटी है ईमानदारी है सच की राह वाले तुरन वाली कदे घबराउंदे नहीं, इस करके ओपोजिशन च भी अगर कोई रह सकता और तगड़ा रह सकता है उन्होंने नैतिकता की ताकत चाहिए, नहीं तो पराए पुत पार्टी जी टां करके बांह मरू दिंदे आ, इत्थे वाले ही देखियो तुसीं किन्नियां दे खाते खुलने, आवाज नहीं आउंदी उन्होंने, फिर कहना मानसा मानसा फिर ऐ हुंदा, इस करके अगर सवाल भी करने हैं और अगर पंजाब नूं संवारन दे नीतिगत तरीके नाल उत्ते लियांदे पॉलिसी बजट की एलोकेशन पंजाब दे पैसे पंजाब दे खजाने ते फिर मॉरल अथॉरिटी चाहिए है, सवाल भी वह कर सकता जिहड़ा ईमानदार होवे, इस करके आने वाला समा ईमानदारा दा, 50-60 ऐसे लीडर कांग्रेस जिन्हां ते लोग भरोसा करते हैं कि लोगों को लगे हाँ वाकई ही बदलाव है, कि वह व्यापारी नहीं गए, कि वह रेता बेचने वाले नहीं गए, और ये वाकई ही पंजाब की उसारी के लिए है। मैं राजे ने यह कहा कि परमात्मा मैं तेरी खुशी च बहुत मैं बहुत बधाइया देना और आस करता परमात्मा से बहुत तरक्या बख्श दिलों दुआ कर, इस करके आने वाला समा यह दस देगा कि राजे का कितना सहयोग कौन कर रहा है, क्योंकि संगठित हुई शक्ति जित का कारण है, विभाजित हुई शक्ति पतन का कारण है, मेरी लड़ाई संगठन नाल ना सी ना है ना रहेगी, मेरी लड़ाई माफिया नाल है, ये लड़ाई नेकी बदी की है, ये लड़ाई धर्म धर्म की है, ये लड़ाई पंजाब दे पक्षी ते स्वै निज स्वार्था नाल बन्ने हुए लोगों की, वो 100 ने ते पंजाबी 3 करोड़ है, मैं 3 करोड़ वल खड़ा।